ਸਤਿ ਸ਼੍ਰੀ ਅਕਾਲ ਸਰ ਦਾਰ ਸੁਪਰ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਯਾਰ। ਰੋਜ਼ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦਾ ਮੈਂ, ਰੋਜ਼ ਇੰਨੀ ਇੰਨੀ ਵੀਡੀਓ ਪਾਉਂਦਾ ਯਾਰ, ਤੁਸੀਂ ਸਬਸਕ੍ਰਾਈਬ ਨਹੀਂ ਕਰਦੇ। ਇਹ ਗੱਲ ਤੁਹਾਡੀ ਗਲਤ ਹੋ ਜਾਂਦੀ ਯਾਰ, ਸਬਸਕ੍ਰਾਈਬ ਕਰ ਦਿਉ ਚੈਨਲ ਨੂੰ ਪਹਿਲਾਂ, ਫਿਰ ਕਰ ਦਿਉ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਕਿਉਂਕਿ ਇਹ ਮੈਂ ਚੀਜ਼ ਆਪਣੇ ਲਈ ਵੀ ਚਾਹੁੰਦਾ ਕਿ ਮੈਨੂੰ ਵੀ ਸਬਸਕ੍ਰਾਈਬਰ ਦਾ ਤੁਹਾਡਾ ਪਿਆਰ ਆਏ, ਸਪੋਰਟ ਆਏ, ਅਤੇ ਲੋਕਾਂ ਲਈ ਵੀ ਚਾਹੁੰਦਾ ਕਿ ਉਹਨਾਂ ਨੂੰ ਪੰਜਾਬੀ ਬਾਲੀਵੁੱਡ ਇੰਡਸਟਰੀ ਹੋਰ ਵਧੇ ਅਤੇ ਉਹਨਾਂ ਨੂੰ ਨਿਊਜ਼ ਪਤਾ ਲੱਗੇ। ਮੈਂ 2-3 ਘੰਟਿਆਂ 'ਚ ਤੁਹਾਨੂੰ ਨਿਊਜ਼ ਪਾ ਦਿੰਦਾ, ਕਿਉਂਕਿ ਕਈ ਵਾਰ ਸਾਡੇ ਕੰਮ ਜਿਹੜੀ ਟੀਮ ਹੈ ਉਹ ਕੰਮ 'ਤੇ ਨਹੀਂ ਲੱਗੀ ਹੁੰਦੀ, ਪਰ ਕਈ ਵਾਰ ਅਸੀਂ ਜਲਦੀ ਜਲਦੀ 1 ਘੰਟੇ ਵਿੱਚ ਹੀ ਪਾ ਦਿੰਦੇ ਹਾਂ। ਹੁੰਦਾ ਇਹ ਹੈ ਕਿ ਹੁਣ ਬੜੀ ਫਿਲਮਾਂ ਆਉਂਦੀਆਂ ਨੇ, ਬਹੁਤ ਬੋਲੀਵੁੱਡ 'ਚ ਇੰਡਸਟਰੀ ਬਹੁਤ ਗਰੋ ਹੋ ਰਹੀ ਹੈ। ਆਪਾਂ ਤੁਹਾਨੂੰ ਅੱਜ ਗੱਲ ਕਰਾਂਗੇ ਤੁਹਾਡੇ ਆਪਣੇ ਮੰਜੇ ਬਿਸਤਰੇ 2 ਦੇ, ਕੌਣ? ਗਿੱਪੀ ਗਰੇਵਾਲ ਜੀ। ਗਿੱਪੀ ਗਰੇਵਾਲ ਜੀ ਦੀ ਗੱਲ ਕਰਾਂਗੇ, ਸਿਮੀ ਚਾਹਲ ਉਹਨਾਂ ਦੇ ਨਾਲ ਹੈ, ਦੇਖਦੇ ਹਾਂ ਕੀ ਗੱਲਾਂ ਹੁੰਦੀਆਂ ਨੇ, ਕੀ ਆਪਾਂ ਇੰਟਰਵਿਊ ਵੀ ਲਵਾਂਗੇ, ਸਭ ਕੁਝ ਕਰਾਂਗੇ। ਮੈਨੂੰ ਤੁਹਾਡਾ ਸਪੋਰਟ ਚਾਹੀਦਾ, ਯੋਰ ਸਪੋਰਟ ਇਜ਼ ਐਵਰੀਥਿੰਗ ਫੋਰ ਅਸ, ਠੀਕ ਹੈ? ਇਹਨੂੰ ਸੰਭਾਲ ਕੇ ਰੱਖੋ ਕਿ ਸਪੋਰਟ, ਲਵ ਦਿਆ ਕਰੋ। ਹੋਰ ਕੋਈ ਗਲਤੀ ਹੋਏ ਮੈਂ ਸੋਰੀ ਮੰਗਦਾ, ਤੁਸੀਂ ਇਹਨੂੰ ਕਮੈਂਟ ਵੀ ਦੱਸਿਆ ਕਰੋ ਭਾਜੀ ਗਲਤੀ ਹੈ, ਮੈਂ ਉਹੀ ਨੂੰ ਪੂਰੀ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗਾ। ਹੁਣ ਆਪਾਂ ਗੱਲ ਕਰਦੇ ਹਾਂ ਨਵੇਂ ਗਾਣੇ ਦੀ, ਜਿਹੜਾ ਨਾਮ ਹੈ ਬੋਲੀਆਂ। ਉਸ ਤੋਂ ਪਹਿਲਾਂ ਤੁਹਾਨੂੰ ਦੱਸਦਾ, ਮੰਜੇ ਬਿਸਤਰੇ 2 ਜਿਹੜਾ ਉਹਦੀ ਜ਼ੁਬਾਨ ਜਿਹੜਾ ਗਾਣਾ ਸੀ, ਆਪਾਂ ਉਹਦੀ ਨਿਊਜ਼ ਪਾਈ ਸੀ, ਉਹ ਵਾਇਰਲ ਹੋਇਆ ਅਤੇ ਉਹ ਗਾਣਾ ਆਪਣੇ ਦਿਲਾਂ ਨੂੰ ਛੂ ਗਿਆ। ਤੁਸੀਂ ਬੜਾ ਸੁਣਿਆ ਹੋਊਗਾ, ਬਹੁਤ ਅੱਛਾ ਗਾਣਾ ਸੀਗਾ। ਆਏ ਸਪੋਰਟ ਟੂ ਗਿੱਪੀ ਗਰੇਵਾਲ ਭਾਜੀ, ਫੁੱਲ ਆਏ ਮਾਈ ਫੁੱਲ ਸਪੋਰਟ ਇਜ਼ ਟੂ ਗਿੱਪੀ ਗਰੇਵਾਲ, ਕਿਉਂਕਿ ਉਹ ਇੰਨੀ ਮਿਹਨਤ ਕਰਕੇ ਫਿਲਮਾਂ ਬਣਾਉਂਦੇ ਆ, ਆਪਾਂ ਉਹਨਾਂ ਨੂੰ ਪਿਆਰ ਦੇਣਾ ਚਾਹੀਦਾ ਆਪਾਂ ਨੂੰ, ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਮੰਜੇ ਬਿਸਤਰੇ 2 ਦਾ ਨਵਾਂ ਗਾਣਾ ਆਉਣ ਵਾਲਾ ਹੈ, ਜਿਹਦਾ ਨਾਮ ਕੀ ਹੈ? ਬੋਲੀਆਂ। ਜਦੋਂ ਕਦੇ ਲੋਹੜੀ, ਪੰਜਾਬ 'ਚ ਲੋਹੜੀ ਦਾ ਤਿਉਹਾਰ ਹੁੰਦਾ, ਕੋਈ ਵੀ ਤਿਉਹਾਰ ਹੁੰਦਾ, ਤਾਂ ਬੋਲੀਆਂ ਲੋਕ ਬੜੇ ਪਾਉਂਦੇ। ਪੇਂਡੂ ਲੋਕ ਜ਼ਿਆਦਾ ਪਾਉਂਦੇ ਨੇ, ਸ਼ਹਿਰੀ ਲੋਕ ਕੋਈ ਘੱਟ ਪਾਉਂਦੇ ਨੇ, ਪਰ ਪਾਉਂਦੇ ਨੇ। ਬੋਲੀਆਂ ਲਈ ਹੁੰਦਾ ਕਿ ਭੰਗੜੇ ਪਾਉਂਦੇ ਨੇ ਤਾਂ ਬੋਲੀਆਂ ਪਾਉਂਦੇ, ਗਿੱਧਾ ਤਾਂ ਬੋਲੀਆਂ। ਹੁਣ ਆਪਾਂ ਗੱਲ ਕਰਦੇ ਹਾਂ ਇਹ ਗਾਣੇ ਬਾਰੇ, ਪਹਿਲਾਂ ਤੁਸੀਂ ਚੈੱਕਆਊਟ ਕਰੋ ਇਸ ਪੋਸਟਰ ਨੂੰ, ਫਿਰ ਤੁਹਾਨੂੰ ਦਿਖਾਵਾਂਗੇ ਕਿੱਥੇ ਪੋਸਟ ਪਈ ਹੈ, ਕੀ ਗੱਲ ਹੈ। ਪੋਸਟ ਦੇਖਣ ਤੋਂ ਬਾਅਦ ਤੁਹਾਨੂੰ ਹੁਣ ਆਪਾਂ ਸ਼ੇਅਰ ਕਰਦੇ ਹਾਂ ਇਸ, ਇਹਦਾ ਪੋਸਟ ਤੁਹਾਨੂੰ ਦਿਖੇਗੀ ਇੰਸਟਾਗ੍ਰਾਮ 'ਤੇ। ਤੁਸੀਂ ਗਿੱਪੀ ਗਰੇਵਾਲ ਲਿਖੋਗੇ, ਉੱਥੇ ਟਿੱਕ ਆਏਗਾ, ਬਲੂ ਟਿੱਕ, ਉਹ ਵੈਰੀਫਾਈਡ ਹੁੰਦਾ, ਉੱਥੇ ਕਲਿੱਕ ਕਰੋਗੇ ਤਾਂ ਬੋਲੀਆਂ ਲਿਖਿਆ ਆਏਗਾ, ਬੋਲੀਆਂ ਦਾ ਟਰਾ ਜਿਹੜਾ ਉਹ ਉੱਥੇ ਪੋਸਟ ਆਊਗਾ, ਉਹਨੂੰ ਤੁਸੀਂ ਦੇਖ ਸਕਦੇ ਹੋ। ਇਹ ਰੀਅਲ ਪੋਸਟ ਮੈਂ ਪਾਉਂਦਾ, ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਇਹਦੇ 'ਤੇ ਜਿਹੜੀ ਪੋਸਟ 'ਤੇ ਕੀ ਲਿਖਿਆ ਸੀ। ਪੋਸਟ 'ਤੇ ਲਿਖਿਆ ਗਿੱਪੀ ਗਰੇਵਾਲ, ਭੰਗੜਾ ਪਾਉਣ ਲਈ ਹੋ ਜੋ ਤਿਆਰ, ਬੋਲੀਆਂ ਆ ਰਹੀਆਂ ਹਨ। ਹਮਲ ਮਿਊਜ਼ਿਕ ਪ੍ਰੋਡਕਟਰ ਅਤੇ ਮਨਜੀਤ ਬਿਸ ਮੰਜੇ ਬਿਸਤਰੇ 12 April 2019 ਗਿੱਪੀ ਗਰੇਵਾਲ ਬਲ ਦਿਓ। ਇਹ ਗਾਣਾ ਦਾ ਲਿਰਿਕਸ ਕੀਤੇ ਨੇ ਹੈਪੀ ਰਾਈ ਕੋਟੀ ਨੇ, ਤੁਹਾਡੇ ਬਹੁਤ ਵਧੀਆ ਸਿੰਗਰ ਨੇ, ਅਤੇ ਲਿਰਿਕਿਸਟ ਨੇ। ਮਿਊਜ਼ਿਕ ਕੀਤਾ ਹੈ ਗੁਰਮੀਤ ਸਿੰਘ ਨੇ। ਇਹਦੀ ਗਾਣਾ ਸਾਗਰ ਮਿਊਜ਼ਿਕ ਦੇ ਅੰਡਰ ਰਿਲੀਜ਼ ਹੋਏਗਾ, ਬਹੁਤ ਵਧੀਆ ਗਾਣਾ ਹੋਣ ਵਾਲਾ ਹੈ। ਬੋਲੀਆਂ ਪੇਂਡੂ ਸੌਂਗ ਹੋਏਗਾ, ਮੰਜੇ ਬਿਸਤਰੇ 2 ਜਿਵੇਂ ਹੁਣ ਕੈਨੇਡਾ ਵੀ ਦਿਖਾ ਰਹੇ ਹੋ, ਪਹਿਲੇ ਉਹਨਾਂ ਨੇ ਇੰਡੀਆ 'ਚ ਦਿਖਾਇਆ ਸੀ, ਉਵੇਂ ਦਿਖਾਉਣਗੇ ਕਿ ਬੋਲੀਆਂ ਵਗੈਰਾ ਪੈਣਗੀਆਂ। ਦੇਖਦੇ ਹਾਂ ਕਿਵੇਂ ਦਾ ਗਾਣਾ ਹੁੰਦਾ, ਕਿਵੇਂ ਦਾ ਲੋਕਾਂ ਦਾ ਰਿਸਪੋਂਸ ਹੁੰਦਾ। ਮੇਰੇ ਵੱਲੋਂ ਤਾਂ ਗਿੱਪੀ ਗਰੇਵਾਲ ਭਾਜੀ ਨੂੰ ਫੁੱਲ ਸਪੋਰਟ ਹੈ। ਥੈਂਕ ਯੂ ਫੋਰ ਵਾਚਿੰਗ ਆ ਵੀਡੀਓ ਯਾਰ, ਟਾਟਾ ਬਾਏ ਬਾਏ। ਫਿਰ ਕਰਤੀ ਮੈਂ ਗਲਤੀ ਯਾਰ, ਸੋਰੀ। ਬੋਲੀਆਂ ਬੜੀ ਤੇਜ਼ ਹੁੰਦੀਆਂ ਨੇ, ਮੈਂ ਵੀ ਜਦੋਂ ਕਿਤੇ ਜਾਂਦਾ ਲੋਹੜੀ 'ਤੇ ਬੋਲੀਆਂ ਬੜੀ ਪੈਂਦੀਆਂ ਨੇ। ਦੇਖਦੇ ਹਾਂ ਗਾਣਾ ਕਿਵੇਂ ਦਾ ਹੁੰਦਾ। ਹੁਣ ਪੱਕੀ ਟਾਟਾ ਬਾਏ ਬਾਏ, ਸੀ ਯੂ ਲੇਟਰ, ਸਬਸਕ੍ਰਾਈਬ ਕਰ ਦਿਓ ਚੈਨਲ। ਥੈਂਕ ਯੂ ਬ੍ਰਦਰ।